ਪਛਾਣ ਭਰਾ ਸਾਡਾ ਅੱਜ ਅੱਧਾ ਘੰਟਾ ਲੇਟ ਆ ਅੱਧਾ ਘੰਟਾ ਲੇਟ ਆ ਅਸੀਂ ਪਹਿਲਾਂ ਆ ਗਏ ਸੀ ਤੇ ਨਿਸ਼ਾਨ ਵਲੌਗ ਬਣਾਉਣਾ ਸੀ ਕੰਪਲੀਟ ਤੇ ਵੀਡੀਓ ਬਣਾਉਣ ਦਾ ਭੁੱਲ ਗਿਆ ਚੇਤਾ ਪਹਿਲਾਂ ਅਮਨ ਨੇ ਸੈੱਟ ਲਾਇਆ 60 ਦਾ ਫਿਰ ਲਾਇਆ 80 ਦਾ ਫਿਰ 100 ਦਾ ਹੁਣ ਲੱਗਾ ਲਾਉਣ ਥਰਡ ਸੈੱਟ ਚੱਲ ਵੀ ਅਮਨ ਤਿੰਨ ਰੈਪ ਸਿੰਗਲ ਰੈਪ ਪਹਿਲਾਂ 60 ਫਿਰ 80 ਅਤੇ ਹੁਣ 100 ਦਾ ਸੈੱਟ ਲੱਗਾ ਲਾਉਣ ਵੀਡੀਓ ਬਣਾਉਣ ਦਾ ਭੁੱਲ ਗਿਆ ਸੀ ਚੇਤਾ ਇਸ ਕਰਕੇ ਇੱਥੋਂ ਹੀ ਲੱਗੀ ਸਟਾਰਟ ਕਰਨ ਹੁਣ ਚੱਲ ਵੀ ਬਹੁਤ ਵਧੀਆ ਮੈਂ ਵਾਰਮ ਅਪ ਕਰ ਰਿਹਾ ਡੈਡ ਲਿਫਟ ਲਾਉਣ ਲਈ ਅਮਨ ਲਊਗਾ ਬੈਂਚ ਪ੍ਰੈਸ ਮੈਂ ਅਤੇ ਉਸਤਾਦ ਦੋਵੇਂ ਲਵਾਂਗੇ ਡੈਡ ਲਿਫਟ ਅਸੀਂ ਆਲਰੇਡੀ ਲੇਟ ਹੋ ਚੁੱਕੇ ਹਾਂ ਕਿਉਂਕਿ ਅਮਨ ਨੇ ਬੈਂਚ ਸਟਾਰਟ ਕਰਤੀ ਸੀ ਅਸੀਂ ਡੈਡ ਲਿਫਟ ਹੋਣ ਲੱਗੇ ਹਾਂ ਸਟਾਰਟ ਕਰਨ ਅਮਨ ਦੀ ਲਿਫਟਾਂ 100 ਤੋਂ ਸ਼ੁਰੂ ਹੋਈਆਂ ਜਿਹੜੀਆਂ ਵੀਡੀਓ ਦੇ ਵਿੱਚ ਉਹ ਤੁਸੀਂ ਦੇਖਦੇ ਜਾਇਓ ਅਸੀਂ ਹੁਣ ਨਾਲ ਦੀ ਨਾਲ ਲੱਗੇ ਹਾਂ ਡੈਡ ਲਿਫਟ ਸਟਾਰਟ ਕਰਨ ਤੁਸੀਂ ਅੱਗੇ ਹੁਣ ਵੀਡੀਓ ਵੇਖਦੇ ਜਾਇਓ ਉਸਤਾਦ ਜੀ ਉਹਨਾਂ ਨੇ ਵਾਰਮ ਅਪ ਦਾ ਇੱਕ ਸੈੱਟ ਲਾ ਲਿਆ ਰਾਜੂ ਭਾਣ ਅਨੁਕਾਮ ਆ ਅੱਜ ਉਹ ਜਾ ਰਹੇ ਆ ਅਤੇ ਅਸੀਂ ਆਪਾਂ ਆਪਣੀਆਂ ਲਿਫਟਾਂ ਕਰਤੀਆਂ ਸਟਾਰਟ ਅਤੇ ਨਾਲ ਨਾਲ ਅਮਨ ਬੈਂਚ ਲਾ ਰਿਹਾ ਨਾਲ ਨਾਲ ਅਸੀਂ ਲਾਵਾਂਗੇ ਡੈਡ ਲਿਫਟ ਲਾ ਸੈੱਟ ਲਾਇਆ ਸੀ ਅਮਨ ਨੇ 100 ਅਤੇ ਹੁਣ ਲਾਊਗਾ ਹੈਵੀ ਇਹ ਜਾਊਗਾ 100% ਉਹਦੀ ਹੁਣ ਲੱਗਾ ਇੰਜਰ ਪਾਉਣ ਚਲੋ 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 ਮੈਂ ਵੀ ਸੈੱਟ ਮੁੰਡਾ ਹੋ ਗਿਆ ਰੈਡੀ ਹੁਣ ਲਾਊਗਾ 1:25 ਦੇ ਰੈਪ ਕਿੰਨੇ ਰੈਪ ਲਾਉਣੇ ਆ ਇੱਕ 3 ਰੈਪ ਲਾਊਗਾ ਹੁਣ ਇੰਜਰ ਪਾ ਕੇ ਚੱਲ ਵੀ ਨੈਕਸਟ ਸੈੱਟ ਲਾਉਣ ਲੱਗਾ 140 ਦਾ ਚੱਲ ਵੀ ਬਹੁਤ ਵਧੀਆ ਨੈਕਸਟ ਸੈੱਟ ਲਈ ਮੁੰਡਾ ਹੁੰਦਾ ਤਿਆਰ 150 ਦਾ ਸੈੱਟ ਲਾਊਗਾ ਹੁਣ ਸਿੰਗਰ ਰੈਪ ਤੂੰ 3 ਮਹੀਨੇ ਦੇ ਜ਼ੋਰ ਲੱਗਦਾ ਮੁੰਡੇ ਤਿਆਰ ਕਰ ਲਈ ਲੋਟਸ ਬੰਦ ਕਰਦੇ ਨਾ ਮੇਰੇ ਵੇਲੇ ਦਾ ਗਾਣੇ ਗਾਣੇ ਨਹੀਂ
ਕਰਾਂਗੇ।